ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ, ਮੈਂ ਗੁਰਦੀਪ ਸਿੰਘ, ਫਸਲਾਂ ਜਾਣਕਾਰੀ ਤੋਂ। ਸਾਥੀਓ, ਅੱਜ ਤੁਸੀਂ ਦੇਖ ਰਹੇ ਹੋ ਕੋਟਨ ਦੀ ਕਰੋਪ। ਕੋਟਨ ਦੀ ਕਰੋਪ ਦੇ ਵਿੱਚ ਹੁਣ ਜਿਹੜੀ ਕੋਟਨ ਦੀ ਕਰੋਪ ਮੈਂ ਦੇਖ ਰਿਹਾ, ਉਹ ਅੱਜ ਕੱਲ੍ਹ ਹੁਣ 60 ਤੋਂ ਪਲੱਸ ਦਿਨਾਂ ਦੀ ਹੋ ਚੁੱਕੀ ਹੈ। 60 ਤੋਂ 65 ਦਿਨਾਂ ਦੀ, ਕੋਈ 70 ਦਿਨਾਂ ਦੀ ਕਰੋਪ ਹੋ ਚੁੱਕੀ ਹੈ। ਤਾਂ ਸਾਥੀਓ, ਆਪਾਂ ਗੱਲ ਕਰਾਂਗੇ ਨਿਊਟ੍ਰੈਂਟ ਮੈਨੇਜਮੈਂਟ ਦੀ, INM ਦੀ, ਇੰਟਰਗ੍ਰੇਟਡ ਨਿਊਟ੍ਰੈਂਟ ਮੈਨੇਜਮੈਂਟ ਦੀ, ਵੀ ਨਿਊਟ੍ਰੈਂਟ ਦਾ ਆਪਾਂ ਕਿਵੇਂ ਇਹਦੇ ਵਿੱਚ ਗੌਰ ਰੱਖਣੀ ਹੈ, ਧਿਆਨ ਰੱਖਣੀ ਹੈ, ਕਿਉਂਕਿ ਨਿਊਟ੍ਰੈਂਟ ਬਹੁਤ ਜ਼ਰੂਰੀ ਹੈ। ਅਤੇ ਫਾਰਮਰਸ ਦਾ, ਕਿਸਾਨਾਂ ਦਾ ਇਸ ਔਰ ਬਹੁਤ ਜ਼ਿਆਦਾ ਘੱਟ ਧਿਆਨ ਹੈਗਾ, ਤਾਂ ਕਰਕੇ ਮੈਂ ਇਸ ਉੱਪਰ ਵੀਡੀਓ ਬਣਾ ਰਿਹਾ। ਬੋਲ ਦਾ ਸਾਈਜ਼ ਬਣਨਾ, ਬੋਲ ਦੇ ਵਿੱਚ ਫਾਈਬਰ ਦੀ ਕੁਆਲਿਟੀ ਵਧੀਆ ਹੋਣਾ, ਤਾਂ ਬੋਲ ਦੇ ਵਜ਼ਨ ਜ਼ਿਆਦਾ ਹੋਣਾ, ਤਾਂ ਇਹ ਜਿਹੜਾ ਨਿਊਟ੍ਰੈਂਟ ਦੇ ਪੱਖੋਂ ਹੀ ਆਪਾਂ ਨੂੰ ਦੇਖਣਾ ਪਊਗਾ। ਨਿਊਟ੍ਰੈਂਟ ਸਹੀ ਤਰੀਕੇ ਨਾਲ ਜਾਵੇਗਾ ਤਾਂ ਹੀ ਆਪਾਂ ਨੂੰ ਵਧੀਆ ਤਰੀਕੇ ਦੀ ਅੱਗੇ ਪ੍ਰੋਡਕਸ਼ਨ ਮਿਲੂਗੀ, ਉਤਪਾਦਨ ਮਿਲੂਗਾ। ਤਾਂ ਉਸ ਦੇ ਸਮੁੱਖ ਮੈਂ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ, ਸਾਰਿਆਂ ਨਾਲ। ਆਸ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰ ਦਿਓ, ਅਤੇ ਤਾਂ ਕਿ ਹੋਰ ਫਾਰਮਰਸ ਵੀ ਇਸ ਗਰੁੱਪ ਦੇ ਨਾਲ ਜੁੜ ਸਕਣ, ਇਸ ਚੈਨਲ ਦੇ ਨਾਲ ਜੁੜ ਸਕਣ। ਅਤੇ ਪਹਿਲੀ ਗੱਲ, ਪਿਛਲੇ ਸਾਲ ਵੀ ਕਾਫੀ ਵੀਡੀਓ ਕੋਟਨ ਦੀ ਕਰੋਪ ਦੇ ਉੱਤੇ ਕੀਤੀਆਂ ਸੀ, ਇਸ ਵਾਰ ਵੀ ਕਾਫੀ ਕੋਟਨ ਦੀ ਕਰੋਪ ਦੇ ਉੱਤੇ ਵੀਡੀਓ ਕਰ ਰਹੇ ਹਾਂ। ਜੋ ਵੀ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਉਹ ਭੇਜ ਰਹੇ ਹਾਂ ਆਪਾਂ, ਅਤੇ ਕਿਉਂਕਿ ਇਹ ਤਾਂ ਪੁਰਾਣੀਆਂ ਸਮੱਸਿਆਵਾਂ ਹੈਗੀਆਂ। ਫੁੱਲ ਗੁੱਡੀ ਝੜਨਾ ਜੀ, ਝੜ ਰਹੀ ਹੈ ਜੀ, ਵਜ਼ਨ ਬੋਲ ਦਾ ਘੱਟ ਬਣ ਰਿਹਾ ਜੀ, ਫੁੱਲ ਗੁੱਡੀ ਪੀਲੀ ਹੋ ਰਹੀ ਹੈ, ਇਹ ਪੁਰਾਣੀਆਂ ਸਮੱਸਿਆ ਹੋਈਆਂ। ਕੋਟਨ ਦੀ ਕਰੋਪ ਦੇ ਵਿੱਚ ਕੀ ਹੁੰਦਾ ਨਾ ਸਾਥੀਓ, ਕੋਟਨ ਦੀ ਕਰੋਪ ਦੇ ਵਿੱਚ 1 ਤੋਂ ਲੈ ਕੇ 33% ਤੱਕਰ ਹੀ ਫਲੋਵਰਿੰਗ ਰਹਿੰਦੀ ਹੈ, ਅਗਰ ਆਪਾਂ ਕੋਈ ਸਪਰੇ ਨਾ ਕਰਦੇ ਹਾਂ, ਨਿਊਟ੍ਰੈਂਟ ਦਾ ਮੈਨੇਜਮੈਂਟ ਸਹੀ ਤਰੀਕੇ ਨਾਲ ਨਹੀਂ ਕਰਦੇ, ਤਾਂ 1 ਤੋਂ 33% ਤੱਕਰ ਹੀ ਆਪਣੇ ਜਿਹੜਾ ਆਪਾਂ ਨੂੰ ਬੋਲ ਹੈ ਜਿਹੜਾ ਮਿਲੂਗਾ, ਜਿਹੜਾ ਫਲੋਵਰ ਹੈ ਉਹ ਸਹੀ ਰਹੂਗਾ, ਜਿਹੜੀ 100% ਤੋਂ ਲੈ ਕੇ 1 ਤੋਂ 33% ਹੀ ਆਪਾਂ ਨੂੰ ਉਪਲਬਧ ਹੋਊਗਾ, ਆਪਾਂ ਨੂੰ ਮਿਲੂਗਾ, ਬਾਕੀ ਡਰੋਪਿੰਗ ਹੋ ਜਾਂਦਾ। ਇਹ ਨੈਚੁਰਲ ਪ੍ਰੋਸੈਸ ਹੈ ਇੱਕ ਪ੍ਰਕਾਰ ਦੀ, ਪਰ ਇਹਨੂੰ ਗਰੋਥ ਕਰਾਉਣ ਵਾਸਤੇ 50% ਤੱਕ ਲਿਜਾਣ ਵਾਸਤੇ ਆਪਾਂ ਨੂੰ ਨਿਊਟ੍ਰੈਂਟ ਦਾ ਯੂਜ ਕਰਨਾ ਪਊਗਾ, ਉੱਪਰ ਨਿਊਟ੍ਰੈਂਟਾਂ ਦਾ ਸਪਰੇਇੰਗ ਕਰਨਾ ਪਊਗਾ। ਉਸ ਦੇ ਸਮੁੱਖ ਆਪਾਂ ਅੱਗੇ ਲੰਬੀ ਚਰਚਾ ਇਹਦੇ ਉੱਤੇ ਕਰਾਂਗੇ, ਪਰ ਮੈਂ ਤੁਹਾਨੂੰ ਦੱਸ ਦਿਆਂ ਵੀ 1 ਤੋਂ 50% ਤੱਕ ਕਰਨ ਵਾਸਤੇ ਆਪਾਂ ਨੂੰ ਪੂਰਾ ਆਪਣਾ ਜ਼ੋਰ ਲਾਉਣਾ ਪਵੇਗਾ, ਉੱਤੇ 4-5 ਨਿਊਟ੍ਰੈਂਟਾਂ ਦੀਆਂ ਸਪਰੇਇੰਗ ਕਰਨੀਆਂ ਪੈਣੀਆਂ, ਉਹ ਅੱਗੇ ਮੈਂ ਹੁਣ ਤੁਹਾਨੂੰ ਦੱਸ ਰਿਹਾ। ਤਾਂ ਉਸ ਨੂੰ ਗੌਰ ਨਾਲ ਸੁਣ ਲਿਓ ਅਤੇ ਗੌਰ ਨਾਲ ਲਿਖ ਲਿਓ, ਕਿਉਂਕਿ ਮੈਂ ਹਰ ਫਾਰਮਰਸ ਦੇ ਫੋਨ ਨਹੀਂ ਪਿੱਕ ਕਰ ਸਕਦਾ, ਨਹੀਂ ਉਠਾ ਸਕਦਾ, ਅਤੇ ਕਿਉਂਕਿ ਬਹੁਤ ਜ਼ਿਆਦਾ ਫਾਰਮਰਸ ਇਸ ਚੈਨਲ ਦੇ ਨਾਲ ਜੁੜੇ ਹੋਏ ਹੈ, ਅਤੇ ਇਹਨਾਂ ਦਾ ਮੈਂ ਕੋਲ ਨਹੀਂ ਚੱਕ ਸਕਦਾ। ਤਾਂ ਇਹ ਵੀਡੀਓ ਦੇ ਵਿੱਚ ਲੰਬੀ ਜਾਣਕਾਰੀ ਤੁਹਾਨੂੰ ਦੇ ਰਿਹਾ ਵਧੀਆ ਤਰੀਕੇ ਨਾਲ। ਕਈ ਵਾਰੀ ਫਾਰਮਰਸ ਫੋਨ ਕਰਦੇ ਰਹਿੰਦੇ ਵੀ ਅਸੀਂ ਦੁਕਾਨ 'ਤੇ ਬੈਠੇ ਹਾਂ, ਅਸੀਂ ਸ਼ੋਪ 'ਤੇ ਬੈਠੇ, ਸਾਨੂੰ ਦੱਸੋ, ਪਰ ਉਹ ਜੇ ਟਾਈਮ 'ਤੇ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਹਰ ਟਾਈਮ ਐਨੀ ਟਾਈਮ ਬੰਦਾ ਫ੍ਰੀ ਨਹੀਂ ਹੁੰਦਾ। ਤਾਂ ਉਸ ਦੇ ਵਾਸਤੇ ਖੁਰਾਕ ਦੀ ਗੱਲ ਕਰੀਏ ਆਪਾਂ, ਡਾਕਟਰ ਦਲਾਲ ਘੋਲ ਦੀ ਗੱਲ ਕਰੀਏ, ਤਾਂ ਉਸ ਦੇ ਵਿੱਚ ਆਪਾਂ ਨੂੰ ਕੀ ਯੂਜ ਕਰਨਾ ਹੁੰਦਾ। ਪਹਿਲੀ ਗੱਲ ਤੁਹਾਨੂੰ ਦੱਸਦੇ, 65 ਤੋਂ 75 ਦਿਨਾਂ ਦੇ ਵਿੱਚ ਆਪਾਂ ਨੂੰ ਸਪਰੇਇੰਗ ਕਰਨੀ ਸਟਾਰਟ ਕਰ ਦੇਣੀ ਚਾਹੀਦੀ, ਕਿਉਂਕਿ ਉਦੋਂ ਫਲੋਵਰਿੰਗ ਸਟਾਰਟ ਹੋ ਜਾਂਦੀ ਹੈ, ਬੋਲ ਬਣਨੇ ਸਟਾਰਟ ਹੋ ਜਾਂਦੇ ਆ, ਬੋਲ ਸਹੀ ਸੇਪ ਹੋਣਾ ਸਹੀ ਤਰੀਕੇ ਨਾਲ ਹੋ ਜਾਂਦਾ। ਅਤੇ ਸਾਥੀ ਤੁਹਾਨੂੰ ਦੱਸਦੇ ਹਾਂ, ਜਿਹੜਾ ਆਪਣੇ ਬਰੋਨ ਹੈ ਉਹ ਤਾਂ 40 ਤੋਂ 45 ਦਿਨਾਂ ਦੇ ਉੱਤੇ ਹੀ ਸਟਾਰਟ ਕਰ ਦੇਣਾ ਚਾਹੀਦਾ, ਕਿਉਂਕਿ ਬਰੋਨ ਦੀ ਜ਼ਰੂਰਤ ਹੁੰਦੀ ਹੈ ਉਸ ਟਾਈਮ ਜਦੋਂ ਆਪਣੀਆਂ ਫਲੋਵਰਿੰਗ ਹੋ ਰਹੀ ਹੁੰਦੀ ਹੈ ਅਤੇ ਗੁੱਡੀਆਂ ਆਪਣੀਆਂ ਬਣ ਰਹੀਆਂ, ਸਕੁਆਇਰ ਬਣ ਰਹੀ ਹੈ, ਸਕੁਆਇਰ ਦੇ ਟਾਈਮ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਰਹਿੰਦੀ ਹੈ। ਤਾਂ ਉਸ ਤੋਂ ਗੱਲ ਬਾਅਦ ਦਲਾਲ ਘੋਲ ਦਾ ਕੰਪੋਜੀਸ਼ਨ ਮੈਂ ਦੱਸ ਰਿਹਾ। ਦਲਾਲ ਘੋਲ ਦੇ ਬਾਰੇ ਜਿਹੜਾ ਫਾਰਮਰਸ ਮੇਰੇ ਨਾਲ ਜੁੜਿਆ ਹੈ, ਸਭ ਨੂੰ ਪਤਾ ਹੈ ਵੀ ਦਲਾਲ ਘੋਲ ਕੀ ਚੀਜ਼ ਹੈ। ਇੱਕ ਪ੍ਰਕਾਰ ਦਾ ਕੰਪੋਜੀਸ਼ਨ ਹੈ ਜਿਹਦੇ ਨਾਲ ਆਪਾਂ ਸਸਤੇ ਖਰਚੇ ਨਾਲ, ਸਸਤੇ ਪ੍ਰਕਿਰਿਆ ਨਾਲ ਆਪਾਂ ਆਪਣੇ ਨਿਊਟ੍ਰੈਂਟ ਦਾ ਮੈਨੇਜਮੈਂਟ ਕਰ ਸਕਦੇ ਹਾਂ, ਘੱਟ ਰੁਪਈਆਂ ਦੇ ਵਿੱਚ, ਘੱਟ ਖਰਚੇ ਦੇ ਵਿੱਚ ਨਿਊਟ੍ਰੈਂਟ ਦਾ ਮੈਨੇਜਮੈਂਟ ਕਰ ਸਕਦੇ ਹਾਂ। ਉਸ ਦੇ ਵਿੱਚ ਆਪਾਂ 2.5 KG ਦਾ DAP ਲੈਣੀ ਹੁੰਦੀ ਹੈ ਸਾਥੀਓ। ਜਿਹੜੀ DAP ਹੁੰਦੀ ਉਹਨੂੰ ਸ਼ਾਮ ਨੂੰ ਘੋਲ ਕੇ ਰੱਖ ਦੇਣੀ ਹੈ, ਅਤੇ
ਘੱਟ ਤੋਂ ਘੱਟ 12-24 ਘੰਟੇ ਦੇ ਵਿੱਚ ਘੁਲ ਜਾਂਦੀ ਹੈ ਵਧੀਆ ਤਰੀਕੇ ਨਾਲ, ਅਤੇ ਉਹਨੂੰ ਛਾਣਨੀ ਨਾਲ ਛਾਣ ਲੈਣੀ ਹੁੰਦੀ ਹੈ ਜਾਂ ਚੁੰਨੀ ਵਗੈਰਾ ਨਾਲ ਛਾਣ ਲੈਣੀ ਹੁੰਦੀ ਹੈ। ਕਿਉਂਕਿ ਅਗਰ ਆਪਾਂ ਸਿੱਧੀ ਹੀ ਉਹ DAP ਪਾਵਾਂਗੇ ਤਾਂ ਆਪਣੇ ਜਿਹੜਾ ਪੰਪ ਵਗੈਰਾ ਉਹ ਖਰਾਬ ਹੋਣ ਦੀ ਸਮੱਸਿਆ ਰਹਿੰਦੀ ਹੈ। ਪੰਪ ਨਾ ਖਰਾਬ ਹੋਏ ਇਸ ਵਾਸਤੇ ਉਹਨੂੰ ਛਾਣ ਲੈਣਾ ਚਾਹੀਦਾ ਹੈ। ਬਾਕੀ ਜਿਹੜਾ ਉੱਪਰਲਾ ਪਾਣੀ ਹੈ ਉਹ ਹੀ ਲੈਣਾ ਆਪਣੇ ਯੂਜ ਕਰਨਾ ਚਾਹੀਦਾ। ਉਸ ਤੋਂ ਬਾਅਦ 2.5 kg ਯੂਰੀਆ ਜਿਹੜੇ ਹੱਥੋਂ ਹੱਥ ਘੁਲ ਜਾਂਦਾ ਸਾਥੀ। ਉਸ ਤੋਂ ਬਾਅਦ 500 g 21% ਵਾਲੀ ਜ਼ਿੰਕ ਆਪਾਂ ਲੈ ਸਕਦੇ ਹਾਂ। 100 l ਪਾਣੀ ਦੀ ਤੁਹਾਨੂੰ ਡੋਜ਼ ਦੱਸ ਰਿਹਾ। ਉਸ ਤੋਂ ਜ਼ਿੰਕਾਂ ਵੀ ਸਾਥੀ ਉਹ 3 ਪ੍ਰਕਾਰ ਦੀਆਂ 4 ਪ੍ਰਕਾਰ ਦੀਆਂ ਹੁੰਦੀਆਂ। 21% ਵਾਲੀ ਤੁਹਾਨੂੰ ਦੱਸ ਚੁੱਕਿਆ ਮੈਂ 500 g, ਜਿਹੜੀ 12% ਵਾਲੀ ਚਿਲੇਟਡ ਜ਼ਿੰਕ ਹੁੰਦੀ ਹੈ ਉਹ 100 g 100 l ਦੀ, 33% ਵਾਲੀ ਜ਼ਿੰਕ 310 g 100 l ਪਾਣੀ ਦੀ ਹੋਊਗੀ, ਜਿਹੜੀ 39.2% ਜ਼ਿੰਕ ਹੁੰਦੀ ਹੈ ਸਾਥੀ ਉਹ 2 ml ਪ੍ਰਤੀ ਲੀਟਰ ਹੋਊਗੀ ਸਾਥੀ। ਉਹ ਇਸ ਦੀ ਡੋਜ ਆ ਹੁੰਦੀ ਹੈ। ਇਹ 3 ਸਪਰੇਆਂ 7-7, 8-8 ਦਿਨਾਂ ਤੋਂ ਆਪਾਂ ਕੱਢ ਦੇਣੀ ਹੈ। ਉਸ ਤੋਂ ਬਾਅਦ 3 ਸਪਰੇਆਂ ਤੋਂ ਬਾਅਦ ਪੱਤੇ ਲਾਲ ਹੋਣੇ ਸਟਾਰਟ ਹੋ ਜਾਂਦੇ ਹੈ। ਉਸ ਟਾਈਮ ਦੇ ਵਿੱਚ ਪੱਤੇ ਲਾਲ ਹੋਣੇ ਸਟਾਰਟ ਹੋ ਜਾਂਦੇ, ਜਿਹਦੇ ਵਿੱਚ ਮੈਗਨੀਸ਼ੀਅਮ ਦੀ ਘਾਟ ਆ ਜਾਂਦੀ ਹੈ। ਮੈਗਨੀਸ਼ੀਅਮ ਸਲਫੇਟ 1.5 kg ਆਪਾਂ ਨੂੰ DAP ਵਾਲੀ ਜਗ੍ਹਾ ਐਡ ਕਰਨਾ। DAP ਨੂੰ ਹਟਾ ਕੇ ਯੂਰੀਆ ਅਤੇ ਜ਼ਿੰਕ ਉੱਥੇ ਪਿਆ ਰਹੂਗਾ, DAP ਨੂੰ ਹਟਾ ਦੇਣਾ, ਉੱਥੇ ਮੈਗਨੀਸ਼ੀਅਮ ਸਲਫੇਟ 1.5 kg ਯੂਜ ਕਰਨਾ। ਉਸ ਤੋਂ ਬਾਅਦ 2 ਸਪਰਿੰਗ ਉਹਦੀ ਹੋਏ ਬਾਅਦ 10-10 ਦਿਨਾਂ ਬਾਅਦ ਤਾਂ ਮੈਗਨੀਸ਼ੀਅਮ ਸਲਫੇਟ ਬੰਦ ਕਰਕੇ ਉਸ ਜਗ੍ਹਾ MOP ਜਾਂ SOP ਆਪਾਂ 1-1 kg ਲੈ ਸਕਦੇ ਹਾਂ। MOP ਮਿਊਰੇਟ ਆਫ ਪੋਟਾਸ ਸਲਫੇਟ ਆਫ ਪੋਟਾਸ ਇਹਨਾਂ ਯੂਜ ਕਰ ਸਕਦੇ। ਫਲ ਲੱਗਦੇ ਹੁੰਦੇ ਜਦੋਂ ਟਿੰਡੇ ਬਣਦੇ ਹੁੰਦੇ, ਫਾਈਬਰ ਦੀ ਕੁਆਲਿਟੀ ਇਸ ਮੈਥਡ ਨਾਲ ਬੈਸਟ ਜਾਵੇਗੀ। ਅਗਰ ਕੋਈ ਫਾਰਮਰਸ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੁੰਦਾ ਤਾਂ ਉਹਦਾ ਨਿਊਟ੍ਰੈਂਟ ਮੈਨੇਜਮੈਂਟ ਅੱਡ ਤਰੀਕੇ ਨਾਲ ਮੈਂ ਦੱਸ ਦਿੰਦਾ। ਜਿਹੜਾ ਕੈਮੀਕਲ ਦੇ ਵਿੱਚ ਜਾਣਾ ਚਾਹੁੰਦਾ, ਫਰਟੀਲਾਈਜ਼ਰ ਦੇ ਵਿੱਚ ਜਾਣਾ ਚਾਹੁੰਦਾ, ਉਹਨਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਉਹ ਕਿਸ ਤਰੀਕੇ ਨਾਲ ਆਪਾਂ ਨੂੰ ਕਰਨਾ। ਤਾਂ ਸਾਥੀ ਉਸ ਦੇ ਵਿੱਚ ਆਪਾਂ 13-0-45 ਦਾ ਯੂਜ ਕਰ ਸਕਦੇ ਹਾਂ। ਤਾਂ ਸਪਰੇ ਆਪਾਂ ਨੂੰ ਕਰਨੀ ਪਊਗੀ 2-3 ਲਗਾਤਾਰ। ਤਾਂ ਜਿਹੜਾ ਪੀਕ ਲੈਵਲ ਹੁੰਦਾ 65-75 ਦਿਨਾਂ ਦਾ ਉਹ ਤੁਹਾਨੂੰ ਦੱਸ ਦਿੱਤਾ ਮੈਂ, ਉਦੋਂ ਕੋਟਨ ਦੀ ਕਰੋਪ ਦੇ ਉੱਤੇ ਆਪਾਂ ਸਪਰਿੰਗ ਸਟਾਰਟ ਕਰ ਦੇਣੀ। ਤਾਂ ਸਾਥੀ ਉਹ 1 ਤੋਂ ਲੈ ਕੇ 2 kg ਤੱਕ 100 l ਦੀ 13-0-45 ਦੀ ਡੋਜ਼ ਹੁੰਦੀ ਹੈ। 1 ਤੋਂ ਲੈ ਕੇ 2 kg ਤੀਕਰ ਆਪਣਾ ਜਿਹੜਾ CICR ਸਿਰਸਾ ਹੈ, ਜਿਹੜਾ ਕੋਟਨ ਦਾ ਇੰਸਟੀਟਿਊਟ ਹੈ, ਤਾਂ ਆਪਾਂ ਨੂੰ ਰਿਕਮੈਂਡ ਕਰਦਾ 1 ਤੋਂ 2 kg ਤੀਕਰ ਆਪਾਂ 13-0-45 ਦਾ 100 l ਪਾਣੀ ਦੇ ਵਿੱਚ ਪਾ ਕੇ ਜਿੰਨੇ ਹੀ ਕੋਟਨ ਦੇ ਉੱਤੇ ਸਪਰੇਇੰਗ ਹੁੰਦੀ ਹੈ, 1.5 kg ਤੇ ਹੁੰਦੀ ਹੈ, 2 kg ਤੇ ਹੁੰਦੀ ਹੈ, ਤਾਂ ਆਪਾਂ ਉਸ ਤਰੀਕੇ ਨਾਲ ਉਹਨੂੰ ਕਰ ਲੈਣਾ ਚਾਹੀਦਾ। ਉਹਦੇ ਵਿੱਚ ਪਲੱਸ ਐਡ 100 g ਬਰੋਨ ਐਡ ਕਰ ਸਕਦੇ ਹਾਂ, ਤਾਂ 100 g ਚਿਲੇਟਡ ਜ਼ਿੰਕ ਐਡ ਕਰ ਸਕਦੇ ਹਾਂ। ਇਹ ਫਾਰਮੂਲੇਸ਼ਨ ਸਾਥੀ ਇਹ ਆਪਾਂ 2-3 ਇਹਦੀਆਂ ਸਪਰੇਅ ਕਰਨੀ ਹੈ। ਉਸ ਤੋਂ ਬਾਅਦ ਸਾਥੀ ਆਪਾਂ ਮੈਗਨੀਸ਼ੀਅਮ ਸਲਫੇਟ 1 kg ਆਪਾਂ 100 l ਦੇ ਵਿੱਚ ਪਾ ਕੇ ਸਪਰੇਇੰਗ ਕਰ ਸਕਦੇ ਹਾਂ। ਇਹਦਾ ਇਕੱਲਾ ਹੀ ਕੰਪੋਜੀਸ਼ਨ ਇਹ ਸਪਰੇਇੰਗ ਹੁੰਦਾ। ਤਾਂ ਇਹ ਜਿਹੜੀ ਜਾਣਕਾਰੀ ਸੀ ਇਹ ਨਿਊਟ੍ਰੈਂਟ ਮੈਨੇਜਮੈਂਟ ਦੇ ਪੱਖੋਂ ਸੀ। ਇਸ ਜਾਣਕਾਰੀ ਨੂੰ ਜ਼ਰੂਰ ਤੁਸੀਂ ਅੱਗੇ ਤੋਂ ਅੱਗੇ ਫਾਰਮਰ ਤੱਕ ਦੱਸਣਾ, ਕਿਉਂਕਿ ਕੈਮੀਕਲ ਤਾਂ ਹਰ ਕੋਈ ਦੱਸ ਦਿੰਦਾ ਵੀ ਕੈਮੀਕਲ ਦਾ ਆਪਾਂ ਸਪਰੇਅ ਕਰ ਰਹੇ ਹਾਂ, ਵੀ ਕੈਮੀਕਲ ਦਾ ਇਸ ਦਾ ਕਰ ਦਿਉ, ਇਸ ਦਾ ਕਰ ਦਿਉ, ਇਸ ਦਾ ਕਰ ਦਿਉ। ਪਰ ਕੈਮੀਕਲ ਨੂੰ ਦੇਖਦੇ ਹੋਏ ਮੈਨੂੰ ਕੋਟਨ ਕਰੋਪ ਦੇ ਵਿੱਚ ਕੰਮ ਕਰਦੇ ਨੂੰ 5-6 ਸਾਲ ਹੋ ਚੁੱਕੇ ਹੈ, ਵੀਡੀਓ ਬਣਾਉਣੇ ਨੂੰ 2-3 ਸਾਲ ਹੋ ਚੁੱਕੇ ਹੈ, ਤਾਂ ਦੇਖਿਆ ਵੀ ਕੈਮੀਕਲ ਨਾਲ ਜ਼ਿਆਦਾ ਰਿਜ਼ਲਟ ਆਪਣਾ ਜਿਹੜਾ ਫਰਟੀਲਾਈਜ਼ਰ ਉੱਤੇ ਨਿਊਟ੍ਰੈਂਟ ਦਾ ਮੈਨੇਜਮੈਂਟ ਕਰਦਾ ਉਹਦਾ ਜ਼ਿਆਦਾ ਆਪਾਂ ਨੂੰ ਬੈਨੀਫਿਟ ਰਹਿੰਦਾ। ਕਿਉਂਕਿ ਦਲਾਲ ਪਦਤੀ ਦੇ ਅਨੁਸਾਰ ਬਹੁਤ ਸਾਰੇ ਪਲਾਟ ਵਿਜਿਟ ਕਰਦੇ ਹਾਂ, ਉਹ ਦੇਖਦੇ ਹਾਂ। ਤਾਂ ਸਾਥੀ ਆਪਾਂ ਨੂੰ ਨਿਊਟ੍ਰੈਂਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਫਾਈਬਰ ਦੀ ਕੁਆਲਿਟੀ ਫਿਰ ਹੀ ਆਵੇਗੀ, ਬੜੇਵਿਆਂ ਦੇ ਵਿੱਚ ਵਜ਼ਨ ਫਿਰ ਹੀ ਵਧੇਗਾ, ਫਿਰ ਹੀ ਫਾਈਬਰ ਦੀ ਗੁਣਵੱਤਾ ਵਧੂਗੀ, ਅਤੇ ਫਿਰ ਹੀ ਆਪਣਾ ਕੋਟਨ ਉੱਚੇ ਰੇਟਾਂ ਦੇ ਉੱਤੇ ਜਾਵੇਗਾ। ਉਸ ਤੋਂ ਬਾਅਦ ਫੰਗਸ ਦੀ ਸਮੱਸਿਆ ਮੇਨ ਆਉਂਦੀ ਹੈ। ਫੰਗਸ ਦੀ ਸਮੱਸਿਆ ਸਾਥੀ ਉਹ ਉੱਥੇ ਆਉਂਦੀ ਹੈਗੀ ਹੈ ਜਿੱਥੇ ਕਿਸਾਨ ਨਰਮੇ ਦੀ ਪੋਪੂਲੇਸ਼ਨ ਜਿਹੜੀ ਡੈਨਸਿਟੀ ਹੈ, ਜਿਹੜੀ ਪਲਾਂਟ ਦੀ ਪੋਪੂਲੇਸ਼ਨ ਹੈ, ਬਹੁਤ ਜ਼ਿਆਦਾ ਰੱਖਦੇ ਹੈ। ਉੱਥੇ ਪੱਤੇ ਤੋਂ ਪੱਤਾ ਅਗਸਤ ਮਹੀਨੇ ਦੇ ਵਿੱਚ ਹੀ ਭਿੜਨ ਲੱਗ ਜਾਂਦਾ, ਬੰਦਾ ਬੀਜ ਦੀ ਟੱਪ ਨਹੀਂ ਸਕਦਾ, ਤਾਂ ਉੱਥੇ ਇਹ ਦਿੱਕਤ ਆਉਂਦੀ ਹੈ।
ਤਾਂ ਉੱਥੇ ਆਪਾਂ ਕੀ ਕਰਨਾ, ਚੰਗੇ ਫੰਗੀਸਾਈਡ ਲੈ ਕੇ ਉਹਨਾਂ ਦੀ ਯੂਜ ਕਰਨਾ। ਆਪਾਂ ਜੈਕਸਟ੍ਰੋਬੀਨ ਪਲੱਸ ਡਾਈਫੈਨਕਨਾਜ਼ੋਲ ਦਾ 200 ml ਪ੍ਰਤੀ ਏਕੜ ਸਪਰੇਇੰਗ ਕਰ ਸਕਦੇ ਹਾਂ। ਕਰੈਕਸੋ ਮਿਥਾਈਲ ਦਾ ਸਪਰੇ ਕਰ ਸਕਦੇ 200 ml ਪ੍ਰਤੀ ਏਕੜ। ਪ੍ਰੋਪੇਨੇਨ ਦਾ ਸਪਰੇ ਕਰ ਸਕਦੇ 400 ਤੋਂ 500 ਗ੍ਰਾਮ। ਪਾਈਰਾਕਲੋਸਟ੍ਰਾਬੀਨ ਦਾ ਸਪਰੇ ਕਰ ਸਕਦੇ ਹਾਂ 200 ਗ੍ਰਾਮ। ਮੈਟੀਰੀਅਮ 700 ਗ੍ਰਾਮ ਪ੍ਰਤੀ ਏਕੜ, ਅਤੇ ਸਟ੍ਰੈਪਟੋਸਾਈਕਲਿਨ 20 ਗ੍ਰਾਮ ਪ੍ਰਤੀ ਏਕੜ ਦਾ ਯੂਜ ਆਪਾਂ ਕਰ ਸਕਦੇ ਹਾਂ ਸਿੰਗਲ ਸਿੰਗਲ ਦੇ ਵਿੱਚ। ਅਤੇ ਸਟ੍ਰੈਪਟੋਸਾਈਕਲਿਨ ਹੋਰ ਵੀ ਫੰਗੀਸਾਈਡ ਦੇ ਵਿੱਚ ਆਪਾਂ ਲਾ ਸਕਦੇ 20 ਗ੍ਰਾਮ ਪ੍ਰਤੀ ਏਕੜ ਦੀ। ਸਟ੍ਰੈਪਟੋਸਾਈਕਲਿਨ ਦੇ ਬਾਰੇ ਸਾਰੇ ਇਹ ਫਾਰਮਰਸ ਜਾਣਦੇ ਆ, ਜੀਵਾਣੂ ਮਹਾਮਾਰੀ ਰੋਗ ਵਾਸਤੇ ਹੁੰਦਾ। ਜੀਵਾਣੂਆਂ ਦੇ ਨਾਲ ਬੈਕਟੀਰੀਅਲ ਦੇ ਨਾਲ ਜਿਹੜਾ ਵੀ ਡਿਜੀਜ਼ ਹੁੰਦਾ ਤਾਂ ਉਸ ਨੂੰ ਆਪਾਂ ਕੰਟਰੋਲ ਇਸ ਨਾਲ ਕਰ ਸਕਦੇ। ਕਿਉਂਕਿ ਤੁਸੀਂ ਦੇਖ ਰਹੇ ਹੋ ਕੋਟਨ ਦੇ ਵਿੱਚ ਕਾਫੀ ਸਾਰੀਆਂ ਗੁੱਡੀਆਂ ਲੱਗੀਆਂ ਹੋਈਆਂ, ਕਾਫੀ ਸਾਰਾ ਫਲੋਵਰ ਇਹਨੇ ਚੱਕ ਰੱਖਿਆ, ਕਿਉਂਕਿ ਜਿਹੜੇ ਜ਼ਮੀਨਾਂ ਦਾ ਮੈਂ ਦੇਖ ਰਿਹਾ ਔਰਗੈਨਿਕ ਕਾਰਬਨ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ, ਬਹੁਤ ਹੀ ਜ਼ਿਆਦਾ। ਮੈਂ ਆਪਣੇ ਏਰੀਏ ਦੇ ਹਨੂਮਾਨਗੜ੍ਹ ਏਰੀਏ ਦੀਆਂ ਕਾਫੀ ਰਿਪੋਰਟਾਂ ਦੇਣਾ ਹੈ ਤਾਂ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ। ਤਾਂ ਇਹ ਆਪਾਂ ਨੂੰ ਪ੍ਰੈਕਟਿਸ ਬਹੁਤ ਜ਼ਰੂਰੀ ਹੈ, ਗੁੱਡ ਐਗਰੀਕਲਚਰ ਪ੍ਰੈਕਟਿਸ ਦੇ ਵਿੱਚ ਇਹਨੂੰ ਗਿਣਿਆ ਜਾਊਗਾ। ਗੁੱਡ ਐਗਰੀਕਲਚਰ ਪ੍ਰੈਕਟਿਸ ਹੈ INM, ਇੰਟੀਗ੍ਰੇਟਡ ਨਿਊਟਰੀ ਮੈਨੇਜਮੈਂਟ ਦਾ ਹਿੱਸਾ ਹੈਗਾ, ਤਾਂ ਆਪਾਂ ਇਹਦਾ ਜ਼ਰੂਰ ਕੰਟਰੋਲ ਕਰੀਏ। ਆਪਾਂ ਇੱਕ ਪਟਰੀ ਦੇ ਉੱਤੇ ਨਾ ਚੱਲੀਏ ਵੀ ਗੁਲਾਬੀ ਸੁੰਡੀ ਆ ਗਈ ਤਾਂ ਆਪਾਂ ਉਹਦੇ ਪਿੱਛੇ ਚੱਲ ਜਾਈਏ, ਕਿਉਂ ਗੁਲਾਬੀ ਸੁੰਡੀ ਹੈਗੀ ਆਪਾਂ ਕੁਛ ਕਰਨਾ ਵੀ ਨਹੀਂ। ਸੋ ਦੇਖ ਰਹੇ ਹਾਂ ਵੀ ਫਾਰਮਰਸ ਨੇ ਥੱਲੇ ਕੁਛ ਵੀ ਨਹੀਂ ਪਾਇਆ, ਬਿਨਾਂ DAP ਤੋਂ, ਬਿਨਾਂ ਯੂਰੀਆ ਤੋਂ, ਬਿਨਾਂ ਕੋਈ ਪੋਟਾਸ ਤੋਂ ਆਪਣੇ ਕੋਟਨ ਖੜੇ ਆ, ਵਧੀਆ ਚੱਲ ਰਹੇ ਹੈ ਮੰਨਦੇ। ਪਰ ਹੁਣ ਪੀਕ ਲੈਵਲ ਹੈ, ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹੈ ਕੋਟਨ ਦੇ ਵਿੱਚ ਨਿਊਟ੍ਰੈਂਟ ਦਾ ਮੈਨੇਜਮੈਂਟ ਕਰਨਾ। ਚੰਗਾ ਵੀਡ ਕੰਟਰੋਲ ਰੱਖੋ ਉਹਦੇ ਵਿੱਚ, ਚੰਗਾ ਨਿਊਟ੍ਰੈਂਟ ਦਾ ਮੈਨੇਜਮੈਂਟ ਰੱਖੋ। ਕੈਮੀਕਲ ਦੇ ਉੱਤੇ ਵੀ ਆਪਾਂ ਵੀਡੀਓ ਬਣਾਵਾਂਗੇ ਕਿਹੜਾ ਕੈਮੀਕਲ ਜ਼ਿਆਦਾ ਯੂਜ ਕਰਨਾ ਚਾਹੀਦਾ, ਕਿਉਂਕਿ ਕੈਮੀਕਲ ਦੇ ਵਿੱਚ ਵੀ ਦੱਸ ਰਿਹਾ ਤੁਸੀਂ ਤੁਹਾਨੂੰ ਮੈਂ ਵੀ ਕੈਮੀਕਲ ਦੇ ਵਿੱਚ ਕਿਹੜੇ ਕਿਹੜੇ ਆਪਾਂ ਟ੍ਰਾਈਐਂਗਲ ਦੇਖ ਕੇ ਸਪਰੇ ਕਰਨਾ ਚਾਹੀਦਾ। ਪਹਿਲੀ ਟ੍ਰਾਈਐਂਗਲ ਹਰੇ ਟ੍ਰਾਈਐਂਗਲ ਤੋਂ ਸਟਾਰਟ ਕਰਨਾ ਚਾਹੀਦਾ, ਨੀਲਾ ਟ੍ਰਾਈਐਂਗਲ ਸਟਾਰਟ ਕਰਨਾ ਚਾਹੀਦਾ, ਪੀਲਾ ਟ੍ਰਾਈਐਂਗਲ ਸਟਾਰਟ ਕਰਨਾ, ਉਸ ਤੋਂ ਬਾਅਦ ਰੈੱਡ ਨਿਸ਼ਾਨ ਹੁੰਦਾ, ਰੈੱਡ ਨਿਸ਼ਾਨ ਦਾ ਬਹੁਤ ਹੀ ਘੱਟ ਯੂਜ ਕਰਨਾ ਚਾਹੀਦਾ। ਰੈੱਡ ਨਿਸ਼ਾਨ ਤਾਂ ਉਦੋਂ ਜਾਵੇ ਜਦੋਂ ਲਾਸਟ ਦੇ ਵਿੱਚ ਕਰੋਪ ਜਾਵੇ ਅਤੇ ਆਪਾਂ ਨੂੰ ਜ਼ਰੂਰਤ ਪਵੇ, ਆਪਾਂ ਨੂੰ ਮਹਿਸੂਸ ਹੋਵੇ ਜ਼ਰੂਰਤ, ਉਦੋਂ ਰੈੱਡ ਟ੍ਰਾਈਐਂਗਲ 'ਤੇ ਜਾਵੇ, ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਪੈਸਟਿਸਾਈਡ ਲਾਲ, ਪੀਲਾ, ਨੀਲਾ, ਹਰੇ ਕਲਰ ਦੇ ਵਿੱਚ ਆ ਰਹੇ ਆ, ਤਾਂ ਉਹਨਾਂ ਦਾ ਯੂਜ ਆਪਾਂ ਪੀਲਾ, ਨੀਲਾ, ਹਰੇ ਦਾ ਆਪਾਂ ਕਰ ਸਕਦੇ ਹਾਂ। ਤਾਂ ਇਹ ਇੱਕ ਜਾਣਕਾਰੀ ਇੰਨੀ ਸੀ, ਸਾਂਝੀ ਕਰੀ ਸੀ ਤੁਹਾਡੇ ਨਾਲ। ਅੱਗੇ ਤੋਂ ਅੱਗੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਫਾਰਮਰਸ ਵੀ ਮੇਰੇ ਇਸ ਚੈਨਲ ਦੇ ਨਾਲ ਜੁੜ ਸਕਣ। ਤਾਂ ਧੰਨਵਾਦ ਸਾਰੇ ਸਾਥੀਆਂ ਦਾ, ਅੱਗੇ ਤੋਂ ਅੱਗੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ।